ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦਿਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮਾਂ ਦੋ ਹੋਰਾ ਟੋਲਪਲਾਜੇ ਕਿਤੇ ਬੰਦ ਹਰ ਰੋਜ਼ਾ 63 ਲੱਖ ਬਚਾਉਣ ਲੱਗੇ ਪੰਜਾਬੀ ਤਾਂ ਦੋਸਤੋ ਮਾਨ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਲਈ ਆਰਥਿਕ ਰਾਹਤ ਨਾਗਰਿਕਾਂ ਤੇ ਵਿੱਤੀ ਬੋਝ ਨੂੰ ਘਟਾ ਕਰਨ ਦੇ ਲਈ ਲਗਾਤਾਰ ਯਤਨਾਂ ਕਰੀਆ ਤੇ ਹਦੇ ਤਹਿਤ ਰਾਜਮਾਰਗਾ ਪਟਿਆਲਾ ਨਾਬਾ ਮਲੇਰ ਕੋਟਲਾ ਤੇ ਸਥਿਤ ਦੋ ਟੋਲਪਲਾਜੇ 5 ਅਗਸਤ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਉਤੇ ਪ੍ਰਤੀ ਮਹੀਨਾ 87 ਲੱਖ ਰੁਪਏ ਦੇ ਉਗਰਾਹੀ ਹੁੰਦੇ ਸੀ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਪਟਿਆਲਾ ਨਾਬਾ ਮਲੇਰ ਕੋਟਲਾ ਤੇ ਮਹਾਰਾਣਾ ਅਤੇ ਕਲਿਆਣ ਸਥਿਤ ਟੋਲ ਪਲਾਜ਼ਾਂ ਤੇ ਰੂੜਾ ਯੂਜ਼ਰ ਦੀ ਫੀਸ ਅਧੀ ਵਸੂਲੀ ਬੀਤੀ ਰਾਤ ਬੰਦ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੋਨਾਂ ਟੋਲ ਪਲਾਜ਼ਾਂ ਤੋਂ ਪ੍ਰਤੀ ਮਹੀਨਾ ਕੁੱਲ 87 ਲੱਖ ਰੁਪਏ ਪ੍ਰਾਪਤ ਹੁੰਦੇ ਸਨ। ਬਠਿੰਡਾ ਦੇ ਹਵਾਈ ਅੱਡੇ ਨੂੰ ਕਮਾਂਤਰੀ ਹਵਾਈ ਅੱਡਾ ਬਣਾਇਆ ਜਾਵੇ ਹਰਸਿਮਰਤ ਕੌਰ ਬਾਦਲ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸ਼ਹਿਰੀ ਹਵਾਵਾਜੇ ਮੰਤਰੀ ਰਾਮ ਮੋਹਨ ਨਾਇਡ ਨੇ ਅਪੀਲ ਕੀਤਾ ਹੈ ਕਿ ਬਠਿੰਡਾ ਹਵਾਈ ਅੱਡੇ ਨੂੰ ਕਮਾਂਤਰੀ ਹਵਾਈ ਅੱਡੇ ਦੇ ਵਿੱਚ ਬਦਲਿਆ ਜਾਵੇ ਤੇ ਬਠਿੰਡਾ ਤੋਂ ਕੈਨੇਡਾ ਦੇ ਲਈ ਕਮਾਂਤਰੀ ਫਲਾਈਟਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਇੱਥੋਂ ਜਾਣ ਵਾਲੇ ਕਮਾਂਤਰੀ ਵਿਦਿਆਰਥੀ ਅਤੇ ਦੂਮਾ ਥਾਵਾਂ ਵਿਚਾਲੇ ਸਫ਼ਰ ਕਰਨ ਵਾਲੇ ਪਰਿਵਾਰ ਨੂੰ ਇਹਦਾ ਵੱਡਾ ਲਾਹਾ ਮਿਲ ਸਕੇ ਬਠਿੰਡਾ ਦੇ ਐਮਪੀ ਨੇ ਦਿੱਲੀ ਬਠਿੰਡਾ ਅਲਾਈਅੰਸ 에ਅਰ ਫਲਾਈਟ ਬੋਐਂਡਾ ਜਹਾਜ਼ ਦੀ ਵਰਤੋਂ ਕਰਦਿਆਂ ਰੋਜ਼ਾਨਾ ਕਰਨ ਦੇ ਮੰਗ ਵੀ ਕੀਤੇ ਅਤੇ ਨਾਲ ਹੀ ਉਡਾਣ ਸਕੀਮ ਤਹਿਤਾ ਖੇਤਰੀ ਕਨੈਕਟੀਵਿਟੀ ਨੂੰ ਉਤੇ ਸ਼ਾਹਤ ਕਰਨ ਦੀ ਮੰਗ ਕੀਤੀ। ਉਹਨਾਂ ਨੇ ਸਿੱਖਾਂ ਦੇ ਦੋ ਪਵਿੱਤਰ ਤਖਤਾਂ ਸ੍ਰੀ ਹਜੂਰਾ ਸਾਹਿਬ ਨਦੇੜਾ ਤੇ ਤਖਤ ਸ੍ਰੀ ਪਟਨਾ ਸਾਹਿਬ ਵਿਚਾਲੇ ਫਲਾਈਟਾਂ ਦੀ ਮੰਗ ਵੀ ਕੀਤੀ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸ੍ਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਹਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਗਲਤੀਆਂ ਲਈ ਮਾਫੀ ਹੁੰਦੀ ਆ ਪਰ ਗੁਨਾਹ ਦੇ ਲਈ ਸਿਰਫ ਸਜ਼ਾ ਮਿਲਦੀ ਸੀ ਇਹ ਮੰਨਦਾ ਸੁਖਵੀਰ ਬਾਦਲ ਤੇ ਤਿੱਖਾ ਹਮਲਾ ਅੱਜ ਹਸ਼ਿਆਰਪੁਰ ਦੇ ਵਿੱਚ ਬਣ ਮਹੋਤਸਬਾ ਸਮਾਗਮ ਵਿੱਚ ਪਹੁੰਚੇ ਮੱਖ ਮੰਤਰੀ ਭਗਵੰਤ ਮਾਨ ਨੇ ਵਿਆਦਵੀ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦਾ ਨਾਂ ਲੈ ਬਿਨਾ ਇੱਕ ਬਾਰ ਫੇਰਾ ਉਹਨਾਂ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਹਿ ਕੇ ਕੁਝ ਲੋਕ ਆਪਣੀਆਂ ਗਲਤੀਆਂ ਦੇ ਮਾਫੀ ਮੰਗ ਰਹੇ ਹਨ ਮਾਫੀ ਆ ਗਲਤੀਆਂ ਲਈ ਹੁੰਦੀ ਆ ਗੁਨਾਹਾਂ ਦੇ ਲਈ ਨਹੀਂ ਜਾਣ ਬੁੱਝ ਕੇ ਕੀਤਾ ਜਾਣ ਵਾਲਾ ਗੁਨਾਹ ਹੁੰਦਾ ਸਾਡੇ ਕੁਲ ਵੀ ਕੇਸ ਚੱਲ ਰਿਹਾ ਤੇ ਨਵੇਂ ਕੁਝ ਸਬੂਤ ਆਏ ਹਨ ਤੇ ਕੁਝ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਸਾਰਿਆਂ ਦੇ ਅੰਦਰ ਦਰਦ ਹੈ ਸਜ਼ਾ ਜ਼ਰੂਰ ਮਿਲੇਗੀ ਕਿਹਾ ਜਾਂਦਾ ਹੈ ਕਿ ਸਾਡੇ ਇਥੇ ਤਿੰਨ ਅਦਾਲਤਾਂ ਰੱਬ ਤੇ ਲੋਕਾਂ ਦੇ ਅਦਾਲਤ ਨੇ ਤਾਂ ਸਜ਼ਾ ਦਿੱ ਦਿੱਤੀ ਹੈ ਜਲਦੀ ਅਦਾਲਤ ਸਜ਼ਾ ਵੀ ਦੇਵੇਗੀ ਭਾਵੇਂ ਮਹਿੰਗੇ ਵਕੀਲਾ ਰੱਖ ਕੇ ਕੋਝਾ ਸਮਾਂ ਬਚ ਜਾਣ ਪਰ ਸਜ਼ਾ ਜ਼ਰੂਰ ਮਿਲੇਗੀ ਅੱਜ ਐਸਕੇਮ ਦਾ ਵਫਾਦਾ ਰਾਹੁਲ ਗਾਂਦੇ ਦੇ ਨਾਲ ਕਰੇਗਾ ਮੁਲਾਕਾਤ ਤਕੈ ਤ ਸਮੇਤਾ 12 ਕਿਸਾਨ ਆਗੂ ਹੁਣ ਗਈ ਸ਼ਾਮਲ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਮੰਗਲਵਾਰ ਨੂੰ ਸੰਯੁਕਤ ਕਿਸਾਨ ਮੋਰਚਾ SKM ਦੇ 12 ਮੈਂਬਰਾਂ ਦੇ ਵਫਦ ਦੇ ਨਾਲ ਮੁਲਾਕਾਤ ਕਰਨਗੇ ਤੇ ਇਹ ਮੀਟਿੰਗ ਅੱਜ ਸ਼ਾਮ 5 ਵਜੇ ਸੰਸਦ ਪਵਨ ਦੇ ਬਾਹਰ ਹੋ ਸਕਦੇ ਹਸ ਤੋਂ ਪਹਿਲਾਂ ਸਰਬਣ ਸੰਗਾ ਪੰਦੇਰਾਤ ਡੱਲੇਬਾਲ ਦੀ ਅਗਵਾਈ ਦੇ ਬੱਚਾ ਵਫਦ ਨੇ ਸੰਸਦ ਪਵਨ ਕੰਪਲੈਕਸ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਅਤੇ ਘੱਟੋ ਘੱਟ ਸਮਰਥਨ ਮਲ ਦੇ ਕਾਨੂੰਨੀ ਗਰਾਂਟੇ ਦੇਣ ਦੀ ਮੰਗ ਕਰ ਚੁੱਕੇ ਹਨ ਜਗਰਾਉਂ ਸਕੂਲਾ ਬਾਸਾਰ ਸਹਾਰਸੇ ਤੇ ਪੰਜਾਬ ਸਰਕਾਰ ਦਾ ਐਕਸ਼ਨ ਦੋ ਦਿਨਾਂ ਦੇ ਵਿੱਚ ਰਿਪੋਰਟ ਤਲਬ ਜਗਰਾਉਂ ਸਕੂਲਾ ਬਾਸਾਰ ਸਿਰ ਬਾਰੇ ਪੰਜਾਬ ਸਰਕਾਰ ਨੇ ਹੁਣ ਐਕਸ਼ਨ ਲੈ ਟ੍ਰਾਂਸਪੋਰਟ ਮੰਤਰੀ ਨੇ ਹਰਸੇ ਦੀ ਰਿਪੋਰਟ ਮੰਗ ਲਿਆ ਟ੍ਰਾਂਸਪੋਰਟ ਮੰਤਰੀ ਨੇ ਸੈਕਟਰੀ ਤੋਂ ਦੋ ਦਿਨਾਂ ਦੇ ਅੰਦਰ ਸਕੂਲਾ ਬੈਨ ਹਰਸੇ ਦੀ ਡਿਟੇਲ ਰਿਪੋਰਟ ਮੰਗਿਆ ਅੱਜ ਸਵੇਰੇ ਹੋਏ ਐਸ ਹਰਸੇ ਦੇ ਇੱਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਿਆ ਜਦਕਿ ਕਈ ਬੱਚੇ ਜ਼ਖਮੀ ਹੋ ਗਏ ਦਸ ਦੇ ਕਿ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਬੱਚਾ ਮੰਗਲਵਾਰ ਸਵੇਰੇ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ਦੇ ਤਰਫਤਾਰ ਬੈਣ ਜੋ ਕਿ ਬੱਚਿਆਂ ਨੂੰ ਘਰ ਤੋਂ ਸਕੂਲ ਦੇ ਵੱਲ ਲੈ ਕੇ ਜਾ ਰਹੇ ਸੀ ਦਰਾਖਤ ਦੇ ਨਾਲ ਜਾ ਟਕਰਾ ਕੇ ਜਿਸ ਦੇ ਕਾਰਨ ਇੱਕ ਬੱਚੇ ਦੇ ਮੌਕੇ ਤੇ ਮੌਤ ਹੋ ਗਈ ਜਦ ਕੇ ਕਈ ਬੱਚੇ ਜ਼ਖਮੀ ਹੋ ਗਏ ਹਸਲਾ ਜਾਣਕਾਰ ਦੇ ਅਨੁਸਾਰ ਮੰਗਲਵਾਰ ਸਵੇਰ ਰਾਏਕੋਟ ਰੁੜ ਤੇ ਪਿੰਡ ਅਖਾੜਾ ਤੇ ਹੋਰ ਐ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਜਾ ਰਹੇ ਸਕੂਲ ਦੇ ਬੈਣ ਦੇ ਰਫਤਾਰ ਇੰਨੀ ਜ਼ਿਆਦਾ ਸੀ ਕਿ ਦਰਾਖਤ ਦੇ ਨਾਲ ਟਕਰਾ ਕੇ ਬੈਣ ਪੂਰੀ ਤਰ੍ਹਾਂ ਚੱਕਣਾ ਚੂਰੋਗੇ ਤੇ ਸਰਸਰ ਬੱਚਾ ਤਿੰਨ ਬੱਚੇ ਗੰਬੀਰ ਜਾਕਮੇ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਤੇ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਅਗਲੀ ਖਬਰ ਅਮਰਤਾ ਪਾਲ ਦੀਆਂ ਬਰ ਸਕਦ ਹਨ ਮੁਸ਼ਕਲਾਂ MP ਮੈਂਬਰਸ਼ਿਪ ਪਰ ਰਹੇਗੀ ਜਾਂ ਰੱਦ ਹੋਵੇਗੀ ਅੱਜ ਹੋ ਸਕਦਾ ਵੱਡਾ ਫੈਸਲਾ। ਖਡੂਰਾ ਸਭ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਤਾ ਪਾਲ ਸੰਗ ਦੀਆਂ ਮੁਸ਼ਕਲਾਂ ਬਾਤ ਸਕਦ ਹਨ ਅਮਰਤਾ ਪਾਲ ਸੰਗ ਦੀ ਉਮੀਦਵਾਰੀ ਨੂੰ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੇ ਗਿਆ ਇਸ ਮਾਮਲੇ ਦੀ ਸੁਣਵਾਈ ਅੱਜ ਮੰਗਲਵਾਰ ਨੂੰ ਹਾਈ ਕੋਰਟ ਦੇ ਵਿੱਚ ਹੋਵੇਗੀ ਅਮਰਤਾ ਪਾਲ ਸੰਘਾ ਖਡੂਰਾ ਸਾਹਿਬ ਤੋਂ ਚੋਣ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਸਿੱਤੇ ਜਿੱਤ ਦਾ ਮਾਰਜ ਵੀ ਲਗਭਗ 2 ਲੱਖ ਵੋਟਾਂ ਦੇ ਨੇੜੇ ਸੀ ਫਿਲਹਾਲ ਅਮਰਤਾ ਪਾਲ ਸੰਘਾ ਜੇਲ੍ਹ ਦੇ ਵਿੱਚ ਬੰਦਾ ਦੂਜੇ ਪਾਸੇ ਖਡੂਰਾ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਵਿਕਰਮਾ ਜੀਤਾ ਸਿੰਘ ਦੇ ਤਰਫੋਂ ਦਾਇਰ ਅਮਰਤਾ ਪਾਲ ਸੰਘ ਦੇ ਉਮੀਦਵਾਰ ਖਿਲਾਫ ਆ ਪਟੀਸ਼ਨ ਪਾਈ ਗਿਆ ਪਟੀਸ਼ਨ ਵਿੱਚ ਉਸਨੇ ਅਮਰਤਾ ਪਾਲ ਸੰਘ ਤੇ ਜਾਣਕਾਰੀ ਲੁਕਾਉਣ ਦੇ ਗੰਭੀਰਾ ਦੋਸ਼ ਲਾਏ ਹਨ ਵਿਕਰਮਾਜੀਤ ਨੇ ਕਿਹਦੇ ਵਿੱਚ ਚੋਣ ਕਮਿਸ਼ਨ ਪੰਜਾਬ ਚੋਣ ਕਮਿਸ਼ਨ ਦੇ ਖਰਚਾ ਅਫਸਰ ਪੰਜਾਬ ਦੇ ਮੌਖਾ ਚੋਣ ਅਧਿਕਾਰੀ ਅਤੇ ਖਡੂਰਾ ਸਾਹਿਬ ਲੋਕ ਸਭਾ ਹਲਕੇ ਦੇ ਰਟਰਨਿੰਗ ਅਫਸਰ ਨੂੰ ਧਰ ਬਣਾਇਆ ਹੈ ਉਸਨੇ ਆਪਣੇ ਪਟੀਸ਼ਨ ਵਿੱਚ ਕਹਿ ਕਿ ਹਦਾ ਨਾਮਜ਼ਦਗੀ ਪੱਤਰ ਅਧੂਰਾ ਹੈ ਬਿਕਰਮਾਜੀਤ ਸਿੰਘ ਨੇ ਕਹਿ ਕੇ ਅਮਰਤਾ ਪਾਲ ਸਿੰਘ ਨੇ ਫੰਡ ਦਾਨ ਤੇ ਖਰਚੇ ਬਾਰੇ ਜਾਣਕਾਰੀ ਸ਼ਿਪਾਈਆ ਬੋਟਾ ਮੰਗਨ ਦੇ ਲਈ ਧਾਰਮਿਕ ਸਥਾਨਾਂ ਦੇ ਵਰਤੋਂ ਕੀਤਾ ਗਿਆ ਬਿਨਾ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮਗਰੀ ਛਾਪੀ ਗਈ ਚੋਣ ਕਮਿਸ਼ਨ ਦੀ ਇਜਾਜ਼ਤ ਲਏ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਅਮਰਤਾ ਪਾਲ ਸਿੰਘ ਨੇ ਜੇਲ੍ਹ ਦੇ ਅੰਦਰੋਂ ਹੀ ਲੋਕ ਸਭਾ ਦੀ ਚੋਣ ਲੜੀ ਸਤੋ ਆਪਣੇ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਵੀ ਨਹੀਂ ਗਏ ਸਨ ਪਰ ਇਹਦੇ باوجود ਉਹਨਾਂ ਨੇ ਸਭ ਤੋਂ ਵੱਡੇ ਜਿੱਤਾ ਹਾਸਲ ਕੀਤਾ ਉਹਨਾਂ ਦੇ ਸਮਰਥਕਾਂ ਤੇ ਪਰਿਵਾਰਕ ਮੈਂਬਰਾਂ ਨੇ ਮੁਹਿੰਮ ਦੀ ਕਮਾਨ ਸੰਭਾਲੀ ਸੀ ਅਮਰਤਾ ਪਾਲ ਨੇ ਕਾਂਗਰਸੀ ਉਮੀਦਵਾਰ ਕੁਲਵੇਰਾ ਸੰਗਤ ਜੀਰਾਂ ਨੂੰ ਲਗਭਗ 2 ਲੱਖ ਵੋਟਾਂ ਦੇ ਨਾਲ ਹਰਾਇਆ ਹਰੀਅਲੀ ਤੀਜਾ ਮੌਕੇ ਭਲਕੇ ਪੰਜਾਬ ਦੇ ਵਿੱਚ ਹੋਵੇਗੀ ਛੁੱਟੀ ਜਾਣੋ ਡਿਟੇਲ ਹਰੀਅਲੀ ਤੀਜਾ ਤੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹਰਿਆਣਾ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਇੱਕ ਪੱਤਰ ਜਾਰੀ ਕਰਕੇ ਹਰੀਅਲੀ ਤੀਜਾ ਤੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ 6 ਅਗਸਤ ਨੂੰ ਪੈਣ ਵਾਲੀ ਛੁੱਟੀ 7 ਅਗਸਤ ਨੂੰ ਰਹੇਗੀ। ਅਜਾਇਬ ਦੇ ਵਿੱਚ 6 ਅਗਸਤ ਨੂੰ ਸਵੇਰੇ ਦੇ ਸਾਰੇ ਸਕੂਲਾਂ ਦੇ ਵਿੱਚ ਰੈਗੂਲਰ ਕਲਾਸਾਂ ਲਗਾਈਆਂ ਜਾਣੀਆਂ ਵਿਭਾਗ ਨੇ। ਐਸਸੀਈਆਰਟੀ ਡਾਇਰੈਕਟਰ ਰਾਜ ਦੇ ਸਾਰੇ ਡੀਈਓਜ਼, ਡੀਈਈਓਜ਼ ਆ ਬਲਾਕ ਸਿੱਖਿਆ ਅਫਸਰਾਂ ਤੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕੀਤੇ ਗਏ ਹਨ। 25 ਜਨਵਰੀ ਨੂੰ ਜਾਰੀ ਪੱਤਰ ਦਾ ਜ਼ਿਕਰ ਕੀਤਾ ਗਿਆ ਹੈ। ਪਤੀ 1 ਜਨਵਰੀ ਨੂੰ ਜਾਰੀ ਪੱਤਰ ਦੇ ਵਿੱਚ 6 ਅਗਸਤ ਨੂੰ ਹਰੀਆਲੀ ਤੀਜ ਮੌਕੇ ਸਥਾਨਕ ਛੁੱਟੀ ਦਾ ਜ਼ਿਕਰ ਸੀ ਪਰ ਹੁਣ ਵਿਭਾਗ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ 7 ਅਗਸਤ ਨੂੰ ਸਥਾਨਕ ਛੁੱਟੀ ਹੋਵੇਗੀ ਨਾਲ ਹੀ ਸਿੱਖਿਆ ਵਿਭਾਗ ਦੇ ਅਧਿਕਾਰ ਨੂੰ ਹਦਾਇਤ ਦਿੱਤੇ ਗਿਆ ਕਿ ਆਪਣੇ ਅਧੀਨ ਆਉਂਦੇ ਸਾਰੇ ਸਕੂਲਾਂ ਨੂੰ ਸੂਚਿਤ ਕਰਨਾ ਤਾ ਕੰਨ ਤਹਦ ਲਈ ਹਰੀਆਲੀ ਤੀਜ ਦੀ ਛੁੱਟੀ 6 ਅਗਸਤ ਦੇ ਬਜਾਏ 7 ਅਗਸਤ ਨੂੰ ਐਲਾਨੀ ਗਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਹਜੇ ਤੱਕ ਹਰਿਆਲੀ ਤੀਜ ਮੌਕੇ ਛੁੱਟੀ ਦਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। ਅਗਲੀ ਖਬਰ ਹੈ ਮੋਟਰਾਂ ਤੇ ਘਟੋ ਘਟ ਚਾਰ ਬੂਟੇ ਲਾਓ ਜੇ ਨਾ ਮੰਨਤਾ ਬਣਾਉਣਾ ਪੈ ਸਕਦਾ ਹੈ ਨਵਾਂ ਕਾਨੂੰਨ। ਸੀਐਮ ਮਾਨ ਦੇ ਕਿਸਾਨਾਂ ਨੂੰ ਸਲਾਹ ਭਰੀ ਚੇਤਾਵਨੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸ ਸਿੰਘਾਂ ਨੂੰ ਬੂਟੇ ਲਾਉਣ ਦੇ ਮਹਿੰਮ ਨੂੰ ਲੋਕਾਂ ਲਹਿਰ ਦੇ ਵਿੱਚ ਬਦਲਣ ਦਾ ਸਦਾਜਤਾ ਤਾਂ ਕਿ ਵਾਤਾਵਰਨ ਪ੍ਰਦੂਸ਼ਣ ਦੇ ਰੋਕ-थाम ਦੇ ਨਾਲ-ਨਾਲ ਸੂਬੇ ਦੇ ਵਿੱਚ ਹਰੀਆਬਲ ਹੇਠਾ ਰਕਬਾ ਵਧਾਇਆ ਜਾ ਸਕੇ। ਮੁੱਖ ਮੰਤਰੀ ਨੇ ਕਹਿ ਕੇ ਮਨੋੱਖ ਨੇ ਅਨੇਬਾ ਰੁੱਖ ਵੱਢ ਕੇ ਕੁਦਰਤ ਦੇ ਨਾਲ ਵੱਡਾ ਖਲਵਾੜ ਕੀਤਾ ਹੈ। ਉਹਨਾਂ ਨੇ ਕਹਿ ਕੇ ਮਨੋੱਖ ਦੇ ਇਸ ਗਲਤੀ ਕਰਕੇ ਅਸੀਂ ਦੇਸ਼ ਭਰ ਦੇ ਵਿੱਚ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਹੇ ਹਾਂ ਤੇ ਵੱਧ ਤੋਂ ਵੱਧ ਬੂਟੇ ਲਾਉਣਾ ਹੀ ਇਸਦਾ ਇੱਕੋ-ਇੱਕ ਹੱਲ ਹੈ। ਭਗਵਾਂਤਾ ਸੰਗਮਾਨੇ ਕੇ ਸਨ ਨੂੰ ਸਲਾਹ ਦਿੱਤਾ ਕੋ ਆਪੋ ਆਪਣੇ ਖੇਤਾਂ ਦੇ ਵਿੱਚ ਜਾਂ ਘਟੂ ਘਟ ਚਾਰ ਬੂਟੇ ਲਾਉਣ ਉਹਨਾਂ ਨੇ ਇਹ ਵੀ ਕਹਿ ਕੇ ਜੇਕਰ ਲੋਡ ਪਈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਇਸ ਬਾਰੇ ਕੋਈ ਨਵਾਂ ਕਾਨੂੰਨਾ ਬਣਾਇਆ ਜਾ ਸਕਦਾ ਹੈ। ਅਗਲੀ ਖਬਰ ਹੈ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਚੇਤਾਵਨੀ ਦੋ ਦਿਨ ਮੌਸਮਾ ਰਹੇਗਾ ਖਰਾਬ। ਪੰਜਾਬ ਦੇ ਵਿੱਚ ਦੋ ਦਿਨਾਂ ਤੱਕ ਚੰਗੇ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮਾ ਵਿਗਿਆਨ ਕੇਂਦਰ IMD ਦੇ ਅਨੁਸਾਰ। ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਯੈਲੋ ਲਾਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਇਹ ਕੁਝ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੱਕ ਸੀਮਿਤ ਰਹੇਗਾ ਇਸ ਦਰਾਂ ਪੰਜਾਬ ਦੇ ਸ਼ਹਿਰਾਂ ਦੇ ਤਾਪਮਾਨ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ ਪੰਜਾਬ ਦੇ ਸ਼ਹਿਰਾਂ ਵਿੱਚ ਆਸਤਾ ਤਾਪਮਾਨ 28 ਡਿਗਰੀ ਤੋਂ ਲੈ ਕੇ 37 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਸੋਮਵਾਰ ਦੇ بارشਕ ਕੱਜ ਇਲਾਕਿਆਂ ਤੱਕ ਸੀਮਤ ਰਿਹਾ ਜਦ ਦੇ ਕਨ ਪੰਜਾਬ ਦੇ ਤਾਪਮਨ ਵਿੱਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। ਆਈਐਮਡੀ ਦੇ ਮੁਤਾਬਕ ਇਹ ਤਾਪਮਨ ਆਮ ਦੇ ਨਾਲ 1.6 ਡਿਗਰੀ ਵਾਧਾ ਹੈ ਪੰਜਾਬ ਦੇ ਐਸਬਿਆਸ ਨਗਰ ਦੇ ਵਿੱਚ 9 ਮਿਲੀਮੀਟਰ ਰੋਪੜ ਦੇ ਵਿੱਚ 8.5 ਪਠਾਨਕੋਟ ਦੇ ਵਿੱਚ 4 ਮੋਗਾ ਪਰੋਇਪੁਰ ਦੇ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੌਨਸੂਨ ਆਗਸਤ ਮਹੀਨੇ ਦੇ ਵਿੱਚ ਚੰਗੇ ਬਾਰਿਸ਼ ਛਿੜਾਉਂਦੇ ਉਮੀਦ ਆਸੀ ਪਰ 1 ਤੋਂ ਲੈ ਕੇ 5 ਆਗਸਤ ਤੱਕ ਮੌਨਸੂਨ ਆ ਫਿਰ ਤੋਂ ਕਮਜ਼ੋਰਾ ਹੁੰਦਾ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਇਨ੍ਹਾਂ 5 ਦਿਨਾਂ ਦੇ ਵਿੱਚ 14% ਦੀ ਘੱਟ ਬਾਰਿਸ਼ ਦਰਜ ਹੋਈ ਹੈ ਤੇ ਅੱਜ ਨਾਲੇ ਪਾਕਿਸਤਾਨ ਦੇ ਨਾਲ ਲੱਗਦੇ ਕੁਝ ਇਲਾਕਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਚੰਗੀ ਬਾਰਿਸ਼ ਹੋਈ ਹੈ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਰੈਡ ਅਤੇ yellow ਅਲਰਟ ਰੱਖਿਆ ਗਿਆ ਹੈ